ਦੇਖੋ ਇਸ ਮਹਿਲਾ ਦੀ ਅਨੋਖੀ ਰਾਮ ਭਗਤੀ। 13,000 ਫੁੱਟ ਦੀ ਉਚਾਈ ਤੋਂ ਫਹਿਰਾਇਆ ਰਾਮ ਜੀ ਦਾ ਬੈਨਰ। 28 ਸਾਲਾ ਸਕਾਈ ਡਾਈਵਰ ਸ਼ਵੇਤਾ ਪਰਮਾਰ ਗੁਜਰਾਤ ਦੀ ਹੈ ਪਹਿਲੀ ਸਕਾਈ ਡਾਈਵਰ। ਹੁਣ ਤੱਕ 297 ਬਾਰ ਮਾਰੀ ਹੈ ਛਾਲ ਅਸਮਾਨ ਤੋਂ। 22 ਜਨਵਰੀ ਨੂੰ ਹੋਣ ਜਾ ਰਹੇ ਸ਼੍ਰੀ ਰਾਮ ਜੀ ਦੇ ਮੂਰਤੀ ਸਥਾਪਨਾ ਦਿਵਸ ਦੇ ਮੌਕੇ ਤੇ ਦੇਸ਼ ਭਰ ਦੇ ਸ਼ਰਧਾਲੂਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਆਪੋ ਆਪਣੀ ਸ਼ਰਧਾ ਨੂੰ ਵਿਅਕਤ ਕੀਤਾ, ਜਿਨ੍ਹਾਂ ਦੇ ਵਿੱਚੋਂ ਵਡੋਦਰਾ ਦੀ ਔਰਤ ਸਾਹਮਣੇ ਆ ਰਹੀ ਹੈ, ਜੋ ਕਿ ਗੁਜਰਾਤ ਦੀ ਪਹਿਲੀ ਸਕਾਈ ਡਾਈਵਰ ਹੈ, ਜਿਸਨੇ ਅਸਮਾਨ ਤੋਂ 13,000 ਫੁੱਟ ਦੀ ਉਚਾਈ ਤੋਂ ਛਾਲ ਮਾਰੀ ਹੈ ਤੇ ਰਾਮ ਜੀ ਦਾ ਲਿਖਿਆ ਹੋਇਆ ਬੈਨਰ ਫਹਿਰਾਇਆ, ਜਿਸ ਤੋਂ ਬਾਅਦ ਸਾਰਿਆਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਟਿਕੀਆਂ ਹੋਈਆਂ ਨੇ ਸ਼ਵੇਤਾ ਪਰਮਾਰ ਤੇ, ਜੋ ਕਿ ਇੰਡੀਆ ਦੀ ਚੌਥੀ ਅਤੇ ਗੁਜਰਾਤ ਦੀ ਪਹਿਲੀ ਔਰਤ ਸਕਾਈ ਡਾਈਵਰ ਹੈ, ਜਿਸਨੇ ਕਿ ਆਪਣੀ ਅਥਾਹ ਰਾਮ ਜੀ ਪ੍ਰਤੀ ਭਗਤੀ ਨੂੰ ਇਸ ਤਰੀਕੇ ਦੇ ਨਾਲ ਵਿਅਕਤ ਕੀਤਾ ਕਿ ਸੋਸ਼ਲ ਮੀਡੀਆ ਤੇ ਇਸ ਦੀ ਵੀਡੀਓ ਨੇ ਧੁੰਮਾਂ ਪਾਈਆਂ ਹੋਈਆਂ ਨੇ।